ਅਣਕੀ ਬਲਕਾਰੇ ਯੋਧੇ ਪੈਦਾ ਕੀਤੇ ਉੱਥੇ ਹੀ ਰਾਂਝਾ ਸੱਸੀ ਪੁੰਨੂ ਸੋਹਣੀ ਪਈ ਬਾਗ ਪਿਆਰ ਦੇ ਨਗਮੇ ਵੀ ਗਾਏ ਇਸ ਧਰਤੀ ਦੇ ਮਨੁੱਖ ਸਿਰਫ ਦੁਸ਼ਮਣਾਂ ਨੂੰ ਲਲਕਾਰਦਾ ਹੀ ਨਹੀਂ ਜਾਣਦੇ ਬਲਕਿ ਇਸ ਧਰਤੀ ਦੀ ਮਿਹਨਤੀ ਕਿਸਾਨ ਆਪਣੇ ਖੂਨ ਪਸੀਨੇ ਨਾਲ ਕਰੋੜਾਂ ਦੇਸ਼ ਵਾਸੀਆਂ ਦੇ ਢਿੱਡ ਭਰੇ ਭਰ ਰਹੇ ਨੇ ਲਹਿਰਾਂ ਦੇ ਖੇਤ ਬਸੰਤ ਬਹਾਰ ਦਾ ਮੌਸਮ ਪੰਜਾਬ ਦੇ ਕਬਰੂਆਂ ਦੇ ਪੈਰਾਂ ਮੁਹਾਰੇ ਨੱਚਣ ਲਾ ਦਿੰਦੇ ਨੇ ਢੋਲ ਦਾ ਡਗਾ ਹਰ ਪੈਰ ਨੂੰ ਫੜਦਾ ਮਜਬੂਰ ਕਰ ਦਿੰਦਾ ਉਹਦੇ ਸਾਹਮਣੇ ਫੜਦੀ ਆਪਣੀ ਲਿੱਚਣ ਸੰਤੋਂ ਪੇਸ਼ ਕਰਦੇ ਨੇ ਪੰਜਾਬ ਦਾ ਪ੍ਰਸਿੱਧ ਤੇ ਅਮਨ ਲੋਕ ਨਾਚ ਭੰਗੜਾ 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 ਧਰ ਦਿੰਦੇ ਹਾਂ ਉਹ ਤੇ ਜਿਹੜਾ ਈਮਾਨ
ਜਿਹੜਾ ਈਮਾਨ 7 ਤੇ 9 ਸਾਲ ਦੇ ਸਾਹਿਬਜ਼ਾਦਿਆਂ ਨੇ ਐਸ਼ ਆਰਾਮ ਧਨ ਦੌਲਤ ਉਹ ਜਿੰਦ ਜਾਨ ਤੋਂ ਵੀ ਉੱਚਾ ਰੱਖਿਆ ਉਹ ਅਸੀਂ ਤਾਂ ਚੰਨ ਰੁਪਇਆਂ ਦੇ ਲਈ ਤੋਲ ਦਿੰਦੇ ਹਾਂ ਉਹ ਮੈਂ ਤੁਹਾਨੂੰ ਦਿਖਾਉਣਾ ਅਸਲ ਪੰਜਾਬ ਦਾ ਚਿਹਰਾ ਆਹ ਵੇਖੋ ਅੱਖਾਂ ਖੋਲ ਕੇ ਬੋੜ ਕਿਤੋਂ ਸਰਕਾਰਾਂ ਦਾ ਨਹੀਂ ਸੁਣਦੀਆਂ ਤੂੰ ਤਾਂ ਸਾਰ ਲੈ ਲਾ ਪਾਣੀ ਕੰਨਿਓ ਝੋਨਾ ਸੁੱਕੀ ਜਾਂਦਾ ਨਰਮੇ ਨੂੰ ਸੁੰਡੀ ਪੈ ਗਈ ਸਭ ਕੁਝ ਰੁੜ ਗਿਆ ਕਹਿ ਭਾਏ ਜੋ ਕੇ ਨਹੀਂ ਰਹੇ ਬਾਪੂ ਜੀ ਹਾਂ ਭਾਈ ਉਹ ਬਾਪੂ ਜੀ ਤੁਸੀਂ ਤਾਂ ਸਾਡੇ ਸਾਰਿਆਂ ਦੇ ਅੰਦਾਤਾ ਹੋ ਉਹ ਭਲਾ ਤੁਹਾਨੂੰ ਕੀ ਹੋ ਗਿਆ ਅੰਨ ਦਾ ਤਾਂ ਸੀ ਭਾਈ ਜਦੋਂ ਦੇਸ ਨੂੰ ਲੋੜ ਸੀ ਹੁਣ ਤਾਂ ਸਭ ਦਾ ਢਿੱਡ ਭਰਨ ਵਾਲਾ ਆ ਭੁੱਖਾ ਸੌਂਦਾ ਬੁਰਾ ਹਾਲ ਹੋ ਗਿਆ ਰਹਿੰਦੇ ਖੂੰਹਦੇ ਦਾਜ ਨੇ ਮਾਰ ਲਏ ਆ ਕੁੜੀ ਦਾ ਵਿਆਹ ਦਰਿਆ ਮੁੰਡੇ ਵਾਲੇ ਕਾਰ ਤੋਂ ਥੱਲੇ ਨਹੀਂ ਉਤਰਦੇ ਜ਼ਮੀਨ ਪਹਿਲਾਂ ਹੀ ਕਹਿਣੇ ਪਈ ਆ ਲੱਗਦਾ ਹੁਣ ਤਾਂ ਵੇਚਣੀ ਪਊ ਬੁਰਾ ਹਾਲ ਆ ਰੁੜ ਚੱਲਿਆ ਸਭ ਕੁਛ ਭਾਈ ਬਾਪੂ ਜੀ ਬਾਪੀ ਹੌਂਸਲਾ ਰੱਖੋ ਉਹ ਹੌਂਸਲੇ ਨਾਲ ਢਿੱਡ ਨਹੀਂ ਭਰਦਾ ਪੁੱਤ ਆ ਹੌਂਸਲੇ ਤਾਂ ਸਰਕਾਰਾਂ ਬਥੇਰਾ ਦਿੰਦੀਆਂ ਨੇ ਹੌਂਸਲੇ ਨਾਲ ਕੁਝ ਨਹੀਂ ਬਣਦਾ ਹੁਣ ਤਾਂ ਲੱਗਦਾ ਸਰਦਾਰੀ ਵਾਲਾ ਪਰਨਾ ਹੀ ਕੰਮ ਦੂ ਇਹਦੇ ਨਾਲ ਫਾ ਲੈਣਾ ਪਊ ਰੁੜ ਚੱਲਿਆ ਸਭ ਕੁਛ ਭੁੱਲੜ ਗਾਇਕ ਹਿੱਕ ਆਲਾ ਦੱਸਣ ਪਾਰੇ ਜੱਟਾਂ ਦੀ ਸ਼ਾਨ ਹੋ ਪਰ ਮੈਨੂੰ ਤਾਂ ਸਿਰ ਦਿਸਦੀਆਂ ਨੇ ਲਟਕਦੀਆਂ ਲਾਸ਼ਾਂ ਤੇ ਗਲੀਆਂ ਸੁਨਸਾਨ ਕਿੱਥੇ ਤੁਰਿਆ ਫਿਰਦਾ ਆ ਕੋਈ ਨਜ਼ਰ ਮਾਰੀ ਇੰਤਜ਼ਾਮ ਚੱਲ ਰਹੀ ਹੈ ਉਹ ਕੰਮ ਕਰ ਲਈ ਅਮਰੀਕਾ ਕੈਨੇਡਾ ਵਾਲੇ ਬੋਲਦੇ ਆਪਾਂ ਇੱਥੋਂ ਕਿਸੇ ਦੀ ਮੰਜ ਜਾ ਕੇ ਖੋਲ ਗਈ ਵਲੀਆ ਉਹ ਜਵਾਨੋ ਉਹ ਗੱਭਰੂਓ ਉਹ ਕਿੱਥੇ ਭਟਕਦੇ ਰਹਿੰਦੇ ਹੋ ਭਾਈ ਸਾਹਿਬ ਸਾਡਾ ਟੰਟੇ ਵਾਲਾ ਜਹਾਜ਼ ਆਉਣਾ ਸੀ ਕਹਿੰਦਾ ਉਹਨੂੰ ਦੇਖਣ ਆਇਆ ਸਾਡਾ ਤੁਹਾਡੀ ਭਾਈ ਹੱਡ ਟੁੱਟ ਕੇ ਜਾਂਦੇ ਗੁੱਲਵਾਨ ਹੈ ਪੁੱਤ ਬੋਲੇ ਤਾਂ ਪਿਛਲੇ ਧਰਮਰਾਜ ਕੋਲ ਹੀ ਨੀ ਜਾ ਕੇ ਮੈਂ ਜੀ ਮੁੰਡੇ ਚੱਲ ਉੱਠ ਚੱਲੀਏ ਜਹਾਜ਼ ਨੀ ਆਇਆ ਆਪਾਂ ਚੱਲਦੇ ਅਸੀਂ ਗੱਭਰੂ ਦੇ ਹੜ ਵਿੱਚ ਬਹਿ ਗਈ ਸਾਡੀ ਜਵਾਨੀ ਨਸ਼ੇ ਤਾਂ 6ਵੇਂ ਦਰਿਆ ਬਣ ਚੁੱਕੇ ਨੇ ਓ ਲੈ ਲੋ ਓਏ ਆ ਜਾਓ ਲੈ ਲੋ ਓ ਜਿਹੜਾ ਸਾਡੇ ਬੰਦੇ ਦੇ ਨਾਂ ਤੇ ਕਾਲੀ ਮਾਰੂ ਉਹਨੂੰ ਖਿਲਾਵਾਂਗੇ ਦੇਸੀ ਮੁਰਗਾ ਤੇ ਬਲੈਤੀ ਦਾਰੂ ਓ ਪਾਜੀ ਉਰੇ ਆਇਓ ਆਵੇ ਕੀ ਪਿੰਡੀ ਜਾਂਦੇ ਆ ਗੱਲ ਸੁਣੋ ਵੋਟ ਸਾਡੇ ਬੰਦੇ ਨੂੰ ਪਾਉਣੀਆਂ ਤੁਸੀਂ ਸਾਡਾ ਬੰਦਾ ਜਿਤਾਉਣਾ ਆ ਯਾਦ ਰੱਖਿਓ ਬੰਦਾ ਤੁਹਾਡਾ ਜਿੱਤ ਕਿਉਂ ਪਰ ਸਾਡੇ ਨੌਜਵਾਨ ਨੂੰ ਪਿੰਡ ਦੀ ਭੁੱਖੀ ਦਾ ਠੇਕਾ ਮਿਲਣਾ ਚਾਹੀਦਾ ਇਹਦੀ ਛੱਡ ਤੁਹਾਡੀ ਫੈਕਟਰੀ ਲਵਾ ਦਿੰਦੇ ਆ ਗੱਲ ਆ ਕੋਈ ਠੀਕ ਆ ਫਿਰ ਵੋਟਾਂ ਦਾ ਯਾਦ ਰੱਖਿਓ ਤੱਕੜੀ ਦੇ ਮੋਹਰ ਲਾਉਣੀ ਆ ਠੀਕ ਆ ਨਾ ਨਾਰੇ ਜਿੱਥੇ ਕਹੋ ਲਾ ਓਏ ਅਮਲੀ ਕੱਲ ਵੀ ਚੱਲੇ ਜਾ ਕੇ ਦੂਜੀ ਪਾਰਟੀ ਨੂੰ ਵੀ ਜਾ ਕੇ ਓਏ ਅਮਲੀ ਨੂੰ ਬੁਲਾ ਯਾਰ ਓਏ ਅਮਲੀ ਉਰੇ ਆ ਓਏ ਉਰੇ ਆ ਓਏ ਬਾਈ ਬਾਈ ਮੈਨੂੰ ਬਾਈ ਮੈਨੂੰ ਓ ਕਿੱਦਾਂ ਸਾਰੇ ਤੂੰ ਟੁੱਟੀ ਬਸ ਮੰਗੋ ਖਿੜਿਆ ਫਿਰਦਾ ਹੈ ਬਾਈ ਬਾਈ ਖੜ ਜਾ ਖੜ ਜਾ ਖੜ ਜਾ ਤੇਰਾ ਕਰਦਾ ਹੈ ਪ੍ਰੋਗਰਾਮ ਇਹਨੂੰ ਜੇਬ ਚ ਪਾ ਲਾ ਸਾਰਾ ਪੂਰੇ ਕਿਸੇ ਨੇ ਦੇਖ ਲਿਆ ਪੰਗਾ ਪੈ ਜੂ ਇਹਨੂੰ ਰੱਖ ਲਾ ਲਗੋ ਕੇ ਬਾਈ ਮੈਂ ਇਹਨਾਂ ਨਹੀਂ ਗੱਲ ਮੰਨਦੀ ਇਹਨੂੰ ਕੱਢ ਕੇ ਉਹ ਜੇਬ ਚ ਪਾ ਲਾ ਕੈਨੇਡੀਅਨ ਆ ਕੈਨੇਡੀਅਨ ਬਾਈ ਕੰਮ ਕੀ ਆ
ਗੱਲ ਸੁਣ ਸਾਡੇ ਬੰਦੇ ਦੇ ਨਾਂ ਤੇ ਉਹ ਤੱਕੜੀ ਨੂੰ ਵੋਟ ਪਾਉਣੀ ਆ ਇੱਥੇ ਮਰਜ਼ੀ ਲਵਾ ਲਿਓ ਉਹ ਸਾਲਿਆ ਖਾ ਕੇ ਨਾ ਜਾਈ ਉੱਥੇ ਐਵੇਂ ਗਲਤ ਥਾਂ ਤੇ ਵੋਟ ਪਾਏਗਾ ਸਾਨੂੰ ਮਰਾ ਦੇਗਾ ਵੋਟਾਂ ਤੋਂ ਬਾਅਦ ਬਾਈ ਜੀ ਉਹ ਵੋਟਾਂ ਤੋਂ ਬਾਅਦ ਤੈਨੂੰ ਨਲਾਵਾਂਗੇ ਪਹਿਲਾਂ ਸਾਡਾ ਬੰਦਾ ਉਹ ਸਾਲਿਆ ਖਾ ਕੇ ਨਾ ਜਾਈ ਉੱਥੇ ਅਮਲੀ ਦਾ ਵੀ ਔਖਾ ਹੀ ਆ ਉਹ ਇੱਕ ਮਿੰਟ ਸੋ ਭਾਜੀ ਉਹ ਸਬਜ਼ੀਆਂ ਬਾਰੇ ਤਾਂ ਮੈਂ ਸੁਣਿਆ ਉਹ ਇਹ ਕੀ ਮੰਡੀ ਜਾਂਦੇ ਹੋ ਜਣੇ ਖੜੇ ਉਹ ਤੈਨੂੰ ਨਹੀਂ ਪਤਾ ਹੁਣ ਦੇਖ ਉਹ ਜਿੰਨੀ ਸਾਰੀ ਦੁਨੀਆ ਇਹ ਸਾਰੀ ਵਿਕਾਊ ਆ ਹੁਣ ਗਰੀਬ ਤਾਂ ਉਹਨੇ ਵਿਕਦਾ ਹੀ ਵਿਕਦਾ ਉਹ ਇੱਥੇ ਤਾਂ ਅਮੀਰ ਵੀ ਵਿਕਦੇ ਨੇ ਹੁਣ ਦੇਖ ਕੋਈ ਵਿਕਦਾ ਪੈਸੇ ਲਈ ਤੇ ਕੋਈ ਵਿਕਦਾ ਨਸ਼ੇ ਲਈ ਯਾਰ ਇੱਕ ਮਿੰਟ ਉਹ ਪਾਣੀ ਵਾਂਗੂ ਪੈਸਾ ਬਹਾਈ ਜਾਂਦੇ ਤੁਸੀਂ ਉਹ ਵੀ ਸਰਕਾਰਾਂ ਵਿੱਚ ਆਉਣ ਲਈ ਤੈਨੂੰ ਕੀ ਦੱਸੀਏ ਉਹ ਛੱਡੋ ਕਿਹਦੇ ਪਿੱਛੇ ਲੱਗ ਜਾ ਆਪਾਂ ਵੋਟਾਂ ਪਾਉਣੀਆਂ ਇਹਨੂੰ ਬਾਅਦ ਚੋਂ ਮਿਲਦੇ ਜੈ ਹੋ ਲਾਈਟਾਂ ਵਾਲੇ ਬਾਬੇ ਦੀ ਜੈ ਹੋ ਲਾਈਟਾਂ ਵਾਲੇ ਬਾਬੇ ਦੀ ਹੇ ਲੱਖ ਨਿਰੰਜਨ ਹੇ ਲੱਖ ਨਿਰੰਜਨ ਜੈ ਹੋ ਓ ਬਾਬਾ ਓਏ ਬਾਬਾ ਓਏ ਇਹਨੂੰ ਕੀ ਹੋਇਆ ਉਹ ਗਿਆਨੀ ਜੀ ਬਾਬਾ ਜੀ ਹੋਰ ਕੌਣ ਆਈ ਹੈ ਇਸ ਟਾਈਮ ਤੇ ਇਹਨਾਂ ਦੀਆਂ ਸਿੱਧੀਆਂ ਗੱਲਾਂ ਬਾਤਾਂ ਹੋ ਰਹੀਆਂ ਉੱਥੇ ਨਾਲੇ ਗਿਆਨੀ ਤੂੰ ਕਿਹੜੇ ਬਾਗ ਦੀ ਮੂਲੀ ਆ ਇੱਥੇ ਤਾਂ ਮੁੱਖ ਮੰਤਰੀ ਤੇ ਮੁੱਖ ਮੰਤਰੀ ਦੇ ਕਾਕੇ ਦੇ ਫੋਨ ਰੋਜ਼ ਆਉਂਦੇ ਆ ਉਹ ਬਾਬਿਆਂ ਦਾ ਪਾਣੀ ਭਰਦੇ ਆ ਹੈ ਨਾਲੇ ਲਿਆ ਜੇ ਤੇਰੇ ਕੋਲ ਕੋਈ ਪਾਸਪੋਰਟ ਹੈਗਾ ਰੱਖ ਬਾਬਿਆਂ ਦੇ ਚਰਨੀ ਮਰਾ ਚਾਰ ਫੂਕਾਂ ਤੇ ਜਾ ਅਮਰੀਕਾ ਕੈਨੇਡਾ ਨੂੰ ਜਿੱਥੇ ਤੁਹਾਡੇ ਹੋਰ ਭੈਣ ਭਰਾ ਗਏ ਨੇ ਨਾਲੇ ਤੁਸੀਂ ਇੱਥੇ ਕੀ ਕਰਦੇ ਹੁਣ ਉਹ ਪੰਜਾਬ ਤਾਂ ਬਾਬਿਆਂ ਦਾ ਭਈਆਂ ਦਾ ਤੇ ਮੰਤਰੀਆਂ ਦਾ ਰਹਿ ਗਿਆ ਤੁਸੀਂ ਚੱਕੋ ਜੁੱਲੀ ਬਿਸਤਰਾ ਜਾਓ ਇੱਥੋਂ ਉਹ ਬਖਸ਼ੋ ਬਖਸ਼ੋ ਸਾਨੂੰ ਛੱਤੀ ਆਇਆ ਜੇ ਛੱਤੀ ਗਏ ਪਤਾ ਨੀ ਕਿੱਥੋਂ ਆ ਜਾਂਦੇ ਉਹ ਲੋਕੋ ਗਿਆਨੀ ਪਿੱਛੇ ਨਾ ਜਾਇਓ ਇਹਦਾ ਤਾਂ ਜਿੱਦਣ ਵੀਜ਼ਾ ਲੱਗ ਗਿਆ ਇਹਦਾ ਲੱਭਣਾ ਨੀ ਤੁਹਾਨੂੰ ਇੱਥੇ ਫੇਰ ਆ ਬਾਬਾ ਜੀ ਕੰਮ ਆਉਣੇ ਆ ਬਾਬਾ ਜੀ ਸਾਡੇ ਸਾਰੀਆਂ ਦਾਤਾਂ ਦੇ ਮਾਲਕ ਆ ਕਿਸੇ ਨੂੰ ਦੁੱਧ ਪੁੱਤ ਦੀ ਦਾਤ ਚਾਹੀਦੀ ਆ ਅਮਰੀਕਾ ਕੈਨੇਡਾ ਦਾ ਵੀਜ਼ਾ ਲਵਾਉਣਾ ਤਾਂ ਫੜੋ ਬਾਬਿਆਂ ਦੇ ਚਰਨ ਹੈ ਨਾਲੇ ਹੋਰ ਗੱਲ ਸੁਣੋ ਸਾਡੇ ਬਾਬਿਆਂ ਦੀ ਦਿੱਲੀ ਤੱਕ ਪਹੁੰਚ ਆ ਕਿਸੇ ਨੂੰ ਲੰਬੜ ਕਿਸੇ ਦਾ ਲੰਬੜਦਾਰੀ ਨੂੰ ਹੱਥ ਨਹੀਂ ਪੈਂਦਾ ਲਾਲ ਬੱਤੀ ਵਾਲੀ ਗੱਡੀ ਝੂਟੀ ਮੰਗਦਾ ਤਾਂ ਫੜੋ ਬਾਬਿਆਂ ਦੇ ਚਰਨ ਸਾਰੀਆਂ ਦਾਤਾਂ ਦੇ ਮਾਲਕ ਆ ਜੈ ਲੱਟਾਂ ਵਾਲੇ ਦੀ ਓਏ ਫੋਨ ਕਿਹਦਾ ਆ ਗਿਆ ਮਸੀ ਗੱਲ ਤਾਂ ਲੱਗੀ ਸੀ ਹੈਲੋ ਹਾਂਜੀ ਢਿੱਲੋ ਸਾਹਿਬ ਮੈਂ ਖਿਆਲੀ ਆਵਾਜ਼ ਤੁਹਾਡੀ ਕੁਲਦੀਪ ਸਿੰਘ ਜੀ ਸਾਡੀ ਹੋਈ ਸੀ ਸਵੇਰੇ ਵੀ ਗੱਲਬਾਤ ਹੈ ਜੀ ਨਹੀਂ ਬਾਬਾ ਜੀ ਨਾਲ ਤੇ ਤੁਹਾਡੀ ਗੱਲਬਾਤ ਨਹੀਂ ਹੋ ਸਕਦੀ ਬਾਬਾ ਜੀ ਹੋਰਾਂ ਨੇ ਦਰਬਾਰ ਲਾਇਆ ਹੋਇਆ ਪਲੈਨੋ ਸਿੰਘ ਸੈਂਟਰ 'ਚ ਤੇ ਨਾਮ ਚਰਚਾ ਹੋ ਰਹੀ ਆ ਹੈ ਜੀ ਬਾਕੀ ਮੈਂ ਕਿਹਾ ਯਾਰ ਫਿਕਰ ਮੈਂ ਕਰ ਦੂੰ ਤੇਰਾ ਕੰਮ ਹੋਊਗਾ ਮੈਂ ਬਾਬਾ ਜੀ ਨਾਲ ਸਵੇਰੇ ਕੀਤੀ ਸੀ ਸਾਰੀ ਗੱਲ ਹੈਂ ਤੇ ਮੈਂ ਕਿਹਾ ਤੁਸੀਂ ਬਸ ਉਹ ਗੱਲ ਨਾ ਭੁੱਲਿਓ ਮੈਂ ਤੁਹਾਨੂੰ ਥੋੜ੍ਹੀ ਜਿਹੀ ਖੇਚਲ ਕਰਨੀ ਪੈਣੀ ਹੈ ਨਹੀਂ ਜ਼ਿਆਦਾ ਨਹੀਂ ਬਸ $10,000 ਬਾਬਾ ਜੀ ਹੋਰਾਂ ਦੇ ਚਰਨੀ ਭੇਟਾ ਕਰਨਾ ਪੈਣਾ ਮੈਂ ਕਿਹਾ ਤੁਹਾਡਾ ਕੰਮ ਹੋਇਆ ਲੈ ਜੇ ਢਿੱਲੋ ਸਾਹਿਬ ਪੈਸੇ ਦੀ ਕੋਈ ਗੱਲ ਨਹੀਂ ਤਾਂ ਛੱਡੋ ਚਕਾਰਾਂ ਬਾਬਿਆਂ ਦੇ ਨਾਂ ਦਾ ਫੋਨ ਦੇ ਹੀ ਹੈਂ ਤੁਹਾਡਾ ਤਾਂ ਮੈਂ ਕਹਿੰਦਾ ਕੰਮ ਬਣਿਆ ਲੈ ਹਾਂਜੀ ਮੈਂ ਕਿਹਾ ਚਿੰਤਾ ਨਾ ਕਰੋ ਤੁਸੀਂ ਹੁਣ ਤੇ ਅਸੀਂ ਆ ਘੰਟੇ ਕੁ ਵਿੱਚ ਮਿਲਦੇ ਤੁਹਾਨੂੰ ਆ ਕੇ ਘਰੇ ਹੈ ਤੇ ਤੁਸੀਂ ਆ ਭੇਟਾਂ ਜਿਹੜੀ ਆ ਇਹ ਤਿਆਰ ਰੱਖਿਓ ਉਹ ਚੱਲ ਬਾਬਾ ਕਿੱਥੇ ਨੇ ਡੰਨ ਡੰਨ ਇਕੱਠਾ ਕਰਨ ਮੋਟੀ ਸਾਮੀ ਫਸੀ ਆ ਚਲੋ ਚੱਲੀਏ ਬਿਰਾਜਮਾਨ ਹੈ ਗੁਰੂ ਗ੍ਰੰਥ ਸਾਹਿਬ ਜੀ ਨੇ ਚਰਨੀ ਲੱਗੋ
ਤਾਂ ਹੀ ਬੇੜਾ ਪਾਰ ਹੋਣਾ ਆ। ਭਟਕਣਾ ਛੱਡੋ, ਲੱਗੋ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨ। ਭਾਈ ਸਾਹਿਬ ਆ ਸਾਰਾ ਕੁਛ ਦੇ ਕੇ ਤਾਂ ਐਂ ਲੱਗਦਾ ਵੀ ਮੇਰੇ ਪੰਜਾਬ ਨੂੰ ਪਤਾ ਨਹੀਂ ਕਿਹੜਾ ਰੋਗ ਲੱਗ ਗਿਆ। ਉਹ ਨਹੀਂ ਵੀਰ, ਉਹ ਭੰਗੜੇ ਪਾਓ, ਉਹ ਮੈਂ ਕਹਿੰਦਾ ਗਿੱਧੇ ਪਾਓ, ਮੈਂ ਕਹਿੰਦਾ ਬੋਲੀਆਂ ਪਾਓ, ਪਰ ਪਾਉਣ ਲਈ ਕੋਈ ਕਾਰਨ ਤਾਂ ਹੋਵੇ, ਉਹ ਪਾਉਣ ਲਈ ਕੋਈ ਵਜ੍ਹਾ ਤਾਂ ਹੋਵੇ। ਉਹ ਪੰਜਾਬ ਦੀ ਪੰਜਾਬ ਦੀ ਪ੍ਰਾਪਤੀ ਲਈ, ਪੰਜਾਬ ਦੀ ਤਰੱਕੀ ਲਈ ਉਹ ਕੋਈ ਨਾ ਕੋਈ ਉਦਮ ਤਾਂ ਕਰੀਏ, ਉਹ ਪੰਜਾਬ ਦੀ ਖੁਸ਼ਹਾਲੀ ਲਈ ਕੋਈ ਨਾ ਕੋਈ ਕੰਮ ਤਾਂ ਕਰੀਏ, ਉਹ ਮਿਹਨਤ ਤਾਂ ਕਰੀਏ। ਉਹਦੇ ਜੇ ਬੋਲੀਆਂ ਸੁਣਨੀਆਂ ਹੀ ਨੇ, ਜੇ ਬੋਲੀਆਂ ਸੁਣਨੀਆਂ ਹੀ ਨੇ, ਉਹ ਇਹ ਜੀ ਬੋਲੀ ਸੁਣੋ ਅਣਖ ਤੇ ਗੈਰਤ ਵਿੱਚ ਪਿੱਛੀ ਹੋਈ। ਉਹ ਪੱਗਾਂ ਛੱਡ ਦੇ ਹੰਝੂਆਂ ਵਾਲੀਏ ਨੀ, ਉਹ ਪੈਰ ਧਰਨ ਦੇ ਮੈਨੂੰ ਰੱਗਾਂ ਵੀ ਉੱਤੇ, ਮੇਰੇ ਦੇਸ਼ ਦੇ ਪਈਆਂ ਭੀੜ ਭਾਰੀ, ਓ ਮੇਰੇ ਦੇਸ਼ ਦੇ ਪਈਆਂ ਭੀੜ ਭਾਰੀ, ਵੈਰੀ ਟੁੱਟ ਪਏ ਨੇ ਮੇਰੇ ਨੌਜਵਾਨ ਦੇ ਨਾਮ ਤੇ। ਗਲੀ ਯਾਰ ਤੇ ਪਹੁੰਚਣਾ ਬੜਾ ਔਖਾ, ਗਲੀ ਯਾਰ ਤੇ ਪਹੁੰਚਣਾ ਬੜਾ ਔਖਾ, ਧੌਣਾ ਤਲੀ ਤੇ ਧਰਨੀਆਂ ਪੈਂਦੀਆਂ ਨੇ, ਸਿਰਾਂ ਨਾਲ ਸਿਰ ਵਾਰਨੇ ਕਰੀਂਦੇ ਨੇ, ਤੇ ਫੀਸਾਂ ਦੋਣੀਆਂ ਭਰਨੀਆਂ ਪੈਂਦੀਆਂ ਨੇ, ਫੀਸਾਂ ਦੋਣੀਆਂ ਭਰਨੀਆਂ ਪੈਂਦੀਆਂ ਨੇ। ਜਿਉਂਦੇ ਰਹੋ ਇਸ ਮੁਲਕ ਦੇ ਵਿੱਚ, ਪੱਛਮੀ ਆਬੋ ਹਵਾ ਦੇ ਵਿੱਚ। ਤੁਸੀਂ ਗੁਰੂ ਦੀ ਸਿੱਖੀ ਨੂੰ ਕਾਇਮ ਰੱਖਿਆ, ਤੁਹਾਡੀ ਸਲਾਮਤੀ ਦੀ, ਤੁਸੀਂ ਤੇ ਪੂਰੇ ਵਿਸ਼ਵ ਦੀ ਸਲਾਮਤੀ ਦੀ ਦੁਆ ਮੰਗਦੇ ਹੋ, ਪਰ ਤੁਹਾਡੀ ਲੰਮੀ ਉਮਰ ਦੀ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਕਰਦੀ ਹਾਂ। ਬਾਬਾ ਜੀ ਕਿੱਥੇ ਨੇ ਲਾਈਟਾਂ ਵਾਲੇ? ਇਹਨਾਂ ਦੇ ਬਾਰੇ ਸੰਤਰਾ ਮੁਦਾਸੀ ਨੇ ਕੀ ਲਿਖਿਆ ਕਿ ਕਿੱਥੇ ਜਾਏਗਾ ਬੂ ਬਣਿਆ ਸਾਧਾ, ਕਿੱਥੇ ਜਾਏਗਾ ਬੂ ਬਣਿਆ ਸਾਧਾ, ਛੇੜ ਕੇ ਭਰਿੰਡ ਰੰਗੀਆਂ, ਕਿੱਥੇ ਜਾਏਗਾ ਬੂ ਬਣਿਆ ਸਾਧਾ। ਪੰਜਾਬ ਦੀ ਕਿਸਾਨੀ ਦੀ ਗੱਲ ਕੀਤੀ ਹੈ, ਜਿਉਂਦੇ ਰਹੋ ਐਸਾ ਐਜੂਕੇਟਿਵ ਸਕਿੱਟ, ਸਕਿੱਟ ਤੇ ਹੁੰਦਾ ਹਾਸੀ ਠੱਠਾ ਮਜ਼ਾਕ, ਇਹਨਾਂ ਮੁਲਕਾਂ ਦੇ ਵਿੱਚ ਹੱਸ ਹੱਸ ਕੇ ਦੂਰੇ ਹੋਈ ਜਾਂਦੇ ਹਾਂ, ਪਰ ਤੁਸੀਂ ਕੌਮ ਨੂੰ ਜਗਾਉਣ ਦੀ ਜੋ ਗੱਲ ਕੀਤੀ ਹੈ, ਤੁਹਾਡੇ ਬਾਰੇ ਬਾਰੇ ਜਾਈਏ, ਪੰਜਾਬ ਨੂੰ ਮੁਹੱਬਤ ਕਰਨ ਵਾਲੇ, ਸਿੱਖੀ ਨੂੰ ਪਿਆਰ ਕਰਨ ਵਾਲਿਆਂ ਦਾ ਇੱਕ ਇੱਕ ਸਾਹ ਤੁਹਾਨੂੰ ਜ਼ਰੂਰ ਲੱਗੇ। ਕਿਸੇ ਵਕਤ ਸੰਤ ਰਾਮ ਉਦਾਸੀ ਨੇ ਲਿਖਿਆ ਸੀ ਕਿ ਗਲ ਲੱਗ ਕੇ ਸੀਰੀ ਦੇ ਜੱਟ ਰੋਵੇ, ਬੋਲਾਂ ਵਿੱਚੋਂ ਨੀਰ ਵਗਿਆ, ਲਿਆ ਤੰਗੜੀ ਨਸੀਬਾਂ ਨੂੰ ਫਰੋਲੀਏ, ਤੂੜੀ ਵਿੱਚੋਂ ਪੁੱਤ ਜੱਗਿਆ, ਲਿਆ ਤੰਗੜੀ ਨਸੀਬਾਂ ਨੂੰ ਫਰੋਲੀਏ, ਤੂੜੀ ਵਿੱਚੋਂ ਪੁੱਤ ਜੱਗਿਆ। ਵਤਨਾਂ ਦੀ ਮਸਤ ਜਵਾਨੀ ਕੁਛ ਭੱਜ ਭੱਜ ਪਰਦੇਸੀ ਵੜ ਗਈ ਏ, ਕੁਝ ਜੇਲ੍ਹਾਂ ਦੇ ਵਿੱਚ ਸੜਦੇ ਨੇ, ਕੁਝ ਸਿਵਿਆਂ ਦੇ ਵਿੱਚ ਸੜ ਗਈ ਏ, ਸੜ ਸੜ ਕੇ ਕੋਲਾ ਹੋ ਚੁੱਕਿਆ, ਬਾਕੀ ਰੰਗਿਆ ਰੱਤ ਦੇ ਨਾਲ ਦਿਸੇ, ਮੇਰੇ ਰੰਗਲੇ ਵਤਨ ਪੰਜਾਬ ਦਾ ਮੈਨੂੰ ਰੰਗ ਕਾਲਾ ਤੇ ਲਾਲ ਦਿਸੇ, ਮੇਰੇ ਰੰਗਲੇ ਵਤਨ ਪੰਜਾਬ ਦਾ ਮੈਨੂੰ ਰੰਗ ਕਾਲਾ ਤੇ ਲਾਲ ਦਿਸੇ।
ਤੁਹਾਨੂੰ ਟਰਾਫੀਜ਼ ਦੇਣ ਦੇ ਲਈ ਮੇਰੇ ਵੀਰ ਪਹੁੰਚ ਚੁੱਕੇ ਨੇ ਔਰ ਮੈਂ ਨਾਮ ਜ਼ਰੂਰ ਅਨਾਊਂਸ ਕਰੂੰਗੀ ਅੱਗੇ ਜ਼ਰੂਰ ਆਉਂਦੇ ਜਾਇਓ ਸੁਖਦੇਵ ਸਿੰਘ ਸੁਖਦੇਵ ਸਿੰਘ ਇੱਕ ਵਾਰੀ ਤਾੜੀਆਂ ਬਹੁਤ ਅੱਛਾ ਰੋਲ ਬਹੁਤ ਹੀ ਖੂਬਸੂਰਤ ਔਰ ਹਰਪ੍ਰੀਤ ਸਿੰਘ ਰੋਲ ਤੇ ਰੋਲ ਹੁੰਦਾ ਹੈ ਉਹਦੇ 'ਚੋਂ ਸਿੱਖਿਆ ਮਿਲਦੀ ਹੈ ਹਰਿੰਦਰ ਸਿੰਘ ਹਰਿੰਦਰ ਸਿੰਘ ਹੈਰੀ ਹਰਪ੍ਰੀਤ ਸਿੰਘ ਹਰਪ੍ਰੀਤ ਸਿੰਘ ਵਾਹ ਸਿਰ ਤੇ ਬੰਨਿਆ ਪਰਨਾ ਮਾਲਵੇ ਦੀ ਯਾਦ ਤਾਜ਼ਾ ਕਰਵਾ ਗਿਆ ਕਿਰਨ ਕੌਰ ਓਕੇ ਨਰਿੰਦਰ ਸਿੰਘ ਸਤਵਿੰਦਰ ਸਿੰਘ ਹਰਪ੍ਰੀਤ ਸਿੰਘ ਮਨਿੰਦਰ ਸਿੰਘ ਤੇਜਿੰਦਰ ਸਿੰਘ ਪਰਮਜੀਤ ਸਿੰਘ ਤੇ ਗੁਰਵਿੰਦਰ ਸਿੰਘ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਬਹੁਤ ਜਸਵੀਰ ਸਿੰਘ ਤੇਰੀ ਤੇ ਪੱਗ ਦਾ ਰੰਗ ਮੈਨੂੰ ਬੜਾ ਹੀ ਪਿਆਰਾ ਲੱਗਦਾ ਹੈ ਇਸ ਕਰਕੇ ਨਹੀਂ ਕਿ ਲਾਲ ਰੰਗ ਸੁਹਾਗ ਦੀ ਨਿਸ਼ਾਨੀ ਹੈ ਸਗੋਂ ਇਸ ਕਰਕੇ ਕਿ ਵਤਨ ਦੇ ਲਈ ਸ਼ਹੀਦਾਂ ਦੇ ਡੁੱਲੇ ਹੋਏ ਲਹੂ ਦਾ ਰੰਗ ਵੀ ਲਾਲ ਹੁੰਦਾ ਹੈ ਲਹੂ ਦਾ ਰੰਗ ਵੀ ਲਾਲ ਤੁਹਾਨੂੰ ਸਲਾਮ ਤੁਹਾਡੇ ਆਰਟ ਨੂੰ ਸਲਾਮ ਟੋਲੀ ਸਾਹਿਬ ਤੁਹਾਡਾ ਸ਼ਮਲਾ ਇਸੇ ਤਰ੍ਹਾਂ ਦੇ ਨਾਲ ਉੱਚਾ ਰਵੇ ਢੋਲ ਤੇ ਡਗਾ ਲੱਗਦਾ ਰਵੇ ਪੰਜਾਬ ਦੀ ਦੁਆਸ ਪੰਜਾਬ ਦੇ ਲਈ ਕੈਸੀ ਕਿਸਾਨੀ ਦੀ ਖੁਸ਼ਹਾਲੀ ਦੀ ਦੁਆ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਹੀ ਆਪਾਂ ਮੰਗੀ ਸੀ ਜਦੋਂ ਗੱਲ ਵਿਸਾਖੀ ਦੀ